ਸੋ ਕਈ ਕਿਸਮ ਦੀ ਇਸ ਵੇਲੇ ਜਿਹੜੀ ਹੈ ਦੁਚਿੱਤੀ ਬਣੀ ਹੋਈ ਹੈ ਕਿ ਆਖਿਰਕਾਰ ਹੁਣ ਵੈਕਸੀਨ ਵੰਡ ਕਿਵੇਂ ਹੋਏਗੀ ਤੇ ਇਸ ਤੋਂ ਇਲਾਵਾ ਸਿਆਸਤਦਾਨ ਆਪੋ ਆਪਣੇ ਤਰੀਕੇ ਨਾਲ ਇਸ ਨਾਲ ਨਿਪਟ ਵੀ ਰਹੇ ਨੇ ਤੇ ਕਈ ਸਿਆਸਤਦਾਨ ਉਲਝ ਵੀ ਰਹੇ ਨੇ। ਖੈਰ ਅੱਗੇ ਦੱਸਦੇ ਕਿ ਬ੍ਰੈਂਟਨ ਸੈਂਟਰ ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇ ਸੀਨੀਅਰਸ ਦੀ ਪੈਨਸ਼ਨ ਵਧਾਉਣ ਦੇ ਲਈ ਪਾਸ ਹੋਏ ਮੋਸ਼ਨ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਫੀ ਸਮੇਂ ਤੋਂ ਇਸ ਦੀ ਮੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਸੀ। ਉਹਨਾਂ ਕਿਹਾ ਕਿ ਮਹਿੰਗਾਈ ਦਿਨੋ ਦਿਨ ਵਧਦੀ ਜਾ ਰਹੀ ਹੈ ਜਿਸ ਦੇ ਨਾਲ ਸੀਨੀਅਰਸ ਨੂੰ ਆਪਣੀਆਂ ਨਿੱਜੀ ਜ਼ਰੂਰਤਾਂ ਪੂਰੀਆਂ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਸੀ। ਪੈਨਸ਼ਨ ਦੇ ਵਿੱਚ ਵਾਧਾ ਹੋਣ ਦੇ ਨਾਲ ਸੀਨੀਅਰਸ ਨੂੰ ਕੁਝ ਰਾਹਤ ਮਿਲੇਗੀ। ਜਿੱਦਾਂ ਕਿ ਤੁਸੀਂ ਜਾਣਦੇ ਆ ਕਿ ਮੋਸ਼ਨ ਆਲਰੇਡੀ ਪਾਸ ਹੋ ਚੁੱਕੀ ਆ ਜਿਹੜੀ ਜਿਹਦੇ ਵਿੱਚ ਕਿ ਸੀਨੀਅਰਸ ਦੀ ਪੈਨਸ਼ਨ ਵਧਾਉਣ ਬਾਰੇ ਅਤੇ ਹੋਰ ਬੈਨੀਫਿਟਸ ਬਾਰੇ ਗੱਲਬਾਤ ਹੋਈ ਸੀ। ਇੱਕ ਬਹੁਤ ਵੱਡੀ ਜ਼ਰੂਰੀ ਮੁੱਦਾ ਸੀ, ਬਹੁਤ ਦੇਰ ਤੋਂ ਇਹ ਚੱਲਿਆ ਆਉਂਦਾ ਸੀ। ਉਹਦੇ ਵਿੱਚ ਮੈਂ ਪਹਿਲੇ ਵੀ ਲਿਬਰਲ 'ਚ ਹੁੰਦੇ ਹੋਏ ਵੀ ਕਾਫੀ ਇਹ 'ਤੇ ਗੱਲਬਾਤ ਕਰਦਾ ਰਿਹਾ, ਆਪਣਾ ਕੋਸ਼ਿਸ਼ ਕਰਦਾ ਰਿਹਾ, ਕਿਉਂਕਿ ਇਹ ਨਹੀਂ ਕਿ ਮੈਂ ਸੀਨੀਅਰ ਹਾਂ ਇਸ ਕਰਕੇ ਕਰਦਾ ਰਿਹਾ, ਪਰ ਨਹੀਂ, ਇਹਦੇ ਵਿੱਚ ਲੋੜ ਸੀ, ਸੀਨੀਅਰਸ ਨੂੰ ਮਦਦ ਦੀ ਲੋੜ ਹੈ, ਕਿਉਂਕਿ ਅੱਜ ਦੀ ਮਹਿੰਗਾਈ ਦੇ ਹਿਸਾਬ ਨਾਲ ਜਿੱਦਾਂ ਚੱਲਿਆ ਸਿਸਟਮ ਦੇ ਹਿਸਾਬ ਨਾਲ ਇਹਨਾਂ ਦੀ ਪੈਨਸ਼ਨ ਨਹੀਂ ਵਧੀ ਹਾਲੇ ਤਾਈਂ, ਉਹਨਾਂ ਨੂੰ ਉਹ ਇਨਕਰੀਮੈਂਟ ਨਹੀਂ ਮਿਲੇ ਜਿਹੜੇ ਮਿਲਣੇ ਚਾਹੀਦੇ ਸੀ। ਇਹ ਉਸ ਤੋਂ ਸੀਨੀਅਰਸ ਵਾਂਝੇ ਰਹਿ ਚੁੱਕੇ ਹੋ ਆ, ਅਤੇ ਉਹ ਮੋਸ਼ਨ ਦੇ ਵਿੱਚ ਮੈਂ ਵੀ ਉੱਧਰ ਸਪੋਰਟ ਕੀਤੀ। ਬੇਸ਼ੱਕ ਲਿਬਰਲ ਗੌਰਮੈਂਟ ਨੇ ਉਹ ਮੋਸ਼ਨ ਦੇ ਵਿੱਚ ਸਪੋਰਟ ਨਹੀਂ ਕੀਤੀ, ਪਰ ਫਿਰ ਵੀ ਉਹ ਪਾਸ ਹੋ ਗਈ ਸੀ। ਉਹਦੇ ਵਿੱਚ ਬਹੁਤ ਜ਼ਰੂਰੀ ਆ ਕਿ ਇਹ ਹੋਵੇ, ਉਹਦੇ ਵਿੱਚ ਇਨਕਰੀਮੈਂਟ ਜਿਹੜੀ ਉਹ ਦਿੱਤੀ ਜਾਵੇ ਸੀਨੀਅਰਸ ਨੂੰ, ਜਿਹਦੇ ਵਾਸਤੇ ਗੌਰਮੈਂਟ ਹਾਲੇ ਤਾਈਂ ਵੀ ਆਪਣਾ ਉੱਧਰ ਨੂੰ ਨਹੀਂ ਤੁਰ ਰਹੀ, ਅਤੇ ਹਾਲੇ ਤਾਂ ਇੱਕ ਵੀ ਉਸ ਉਹਦੇ 'ਤੇ ਉਹਨੂੰ ਇੰਪਲੀਮੈਂਟ ਕਰਨ ਦੇ ਵਿੱਚ ਦੇਰੀ ਕਰ ਰਹੀ ਹੈ। ਅਤੇ ਇਹ ਇੱਕ ਉਪਰਾਲਾ ਆ ਸਾਡਾ ਜਿਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸੀਨੀਅਰਸ ਜਿਹੜੇ ਆ ਇਹਨਾਂ ਨੂੰ ਇੱਕ ਬੈਨੀਫਿਟ ਜਿਹੜਾ ਕਿ ਹਰ ਇੱਕ ਨੂੰ ਹੱਕ ਆ ਬਣਦਾ ਆਪਣੇ ਇੱਥੇ ਕੈਨੇਡਾ ਦੇ ਵਿੱਚ, ਕਿ ਉਹ ਆਪਣੀ ਇਨਕਰੀਮੈਂਟ ਜਿੰਨੀ ਬਣ ਸਕੇ ਉਨੀ ਮਿਲਣੀ ਚਾਹੀਦੀ ਆ। ਅਤੇ ਇਹਦੇ ਉਪਰਾਲਾ ਜਿਹੜਾ ਇਹ ਬਹੁਤ ਵਧੀਆ ਚੱਲ ਰਿਹਾ। ਦੇਖੋ ਇਹਦੇ ਵਿੱਚ ਪ੍ਰੈਸ਼ਰ ਬਹੁਤ ਹੈ ਗੌਰਮੈਂਟ ਦੇ ਉੱਤੇ, ਹੋ ਸਕਦਾ ਹੈ ਕਿ ਛੇਤੀ ਹੀ ਇਹਦੇ 'ਤੇ ਵੀ ਕੀਤਾ ਜਾਊਗਾ। ਇਸ ਤੋਂ ਇਲਾਵਾ ਬਾਕੀ ਦੀਆਂ ਗੱਲਾਂ ਜਿੱਦਾਂ ਹੁਣ ਬ੍ਰੈਂਪਟਨ ਦੇ ਵਿੱਚ ਇੱਕ ਆਮ ਹਵਾ ਆ ਕਿ ਬ੍ਰੈਂਪਟਨ ਜਾਂ ਪੀਲ ਦੇ ਵਿੱਚ ਬਹੁਤ ਜ਼ਿਆਦਾ ਕੋਵਿਡ ਦਾ ਪ੍ਰਕੋਪ ਹੈਗਾ। ਇਹ ਠੀਕ ਹੈ ਕਿ ਕੋਵਿਡ ਜ਼ਿਆਦਾ ਹੈਗਾ ਬਾਕੀਆਂ ਨਾਲੋਂ, ਪਰ ਇਹਦਾ ਇੰਨਾ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਸਾਡੇ ਬੱਚੇ ਸਾਡੇ ਜ਼ਿਆਦਾ ਜਿੰਨੇ ਵੀ ਜ਼ਿਆਦਾ ਜਾਂਦੇ ਭਰਾ ਭੈਣਾਂ ਕੰਮ ਕਰਨ ਬਾਰੇ ਅਸੈਂਸ਼ੀਅਲ ਡਿਊਟੀਜ਼ ਦੇ ਉੱਤੇ ਉਹਨਾਂ ਨੂੰ ਕਰਨਾ ਪੈਂਦਾ ਆ, ਕਰਨਾ ਚਾਹੀਦਾ ਆ, ਔਰ ਉਹਦੇ ਕਰਕੇ ਹੀ ਥੋੜ੍ਹਾ ਜਿਹਾ ਇੱਕ ਉਹ ਵੀ ਇੱਕ ਫੈਕਟਰ ਹੈਗਾ ਜਿਹਦੇ ਨਾਲ ਕਿ ਕੋਵਿਡ ਜ਼ਿਆਦਾ ਵਧਿਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।